ਕੰਗ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਧੰਨਵਾਦ ਪੰਕਜ ਜੀ, ਸਾਰਿਆਂ ਦਾ ਤੁਹਾਡਾ ਧੰਨਵਾਦ ਭਰਾ। ਹੁਣ ਤੱਕ ਪਾਰਟੀ ਦੇ ਮੁੱਖ ਪ੍ਰਵਕਤਾ ਸੀ, ਇੱਕ ਵਰਕਰ ਸੀ, ਔਰ ਅੱਜ ਮੈਂਬਰ ਪਾਰਲੀਮੈਂਟ ਬਣ ਗਏ ਹੋ, ਕਿਵੇਂ ਲੱਗ ਰਿਹਾ? ਦੇਖੋ, ਚਾਹੇ ਮੈਂਬਰ ਪਾਰਲੀਮੈਂਟ ਹੋਵੇ, ਚਾਹੇ ਮੁੱਖ ਮੰਤਰੀ ਹੋਵੇ, ਚਾਹੇ MLA ਹੋਵੇ, ਪਾਰਟੀ ਦਾ ਤਾਂ ਸਹੀ ਤਰੀਕੇ ਨਾਲ ਉਹ ਬੰਦਾ ਪਹਿਲੀ ਵਰਕਰ ਰਹਿੰਦਾ ਹੀ ਹੈ, ਜੇ ਸਹੀ ਤਰੀਕੇ ਮਾਇਨੇ ਸੋਚਿਆ ਜਾਵੇ। ਔਰ ਮੈਨੂੰ ਲੱਗਦਾ ਹੈ ਵੀ ਐਜ ਏ ਪਾਰਟੀ ਵਰਕਰ ਹੋਣ ਕਰਕੇ ਹੀ ਮੈਨੂੰ ਟਿਕਟ ਮਿਲੀ ਹੈ, ਔਰ ਐਜ ਏ ਪਾਰਟੀ ਵਰਕਰ ਹੋਣ ਕਰਕੇ ਹੀ ਸਾਰੇ ਵਲੰਟੀਅਰ ਸਾਹਿਬਾਨਾਂ ਨੇ ਮਿਹਨਤ ਕਰਕੇ ਜਿਹੜਾ ਹੈ ਇਹ ਜਿੱਤ ਜਿਹੜੀ ਆ ਉਹ ਹਾਸਲ ਕੀਤੀ। ਸੋਚਿਆ ਸੀਗਾ ਕਿ ਮਲਵਿੰਦਰ ਸਿੰਘ ਕੰਗ ਇੱਕ ਦਿਨ ਮੈਂਬਰ ਪਾਰਲੀਮੈਂਟ ਬਣ ਜਾਣਗੇ? ਨਾ, ਸੋਚਣਾ ਤਾਂ ਛੱਡੋ ਜੀ, ਬਹੁਤ ਵੱਡੀ ਗੱਲ ਸੋਚਣਾ ਤਾਂ ਪੰਕਜ ਜੀ, ਮਤਲਬ ਮੈਂਬਰ ਪਾਰਲੀਮੈਂਟ ਨੂੰ ਮਿਲਣਾ ਬਾਰੇ ਸੋਚਦਾ ਜੀ, ਮਿਲਿਆ ਕਰਾਂ ਕਿਤੇ ਕਿਤੇ ਮੌਕਾ ਮਿਲੂਗਾ, ਉਹ ਵੀ ਸਾਡੇ ਲਈ ਬੜੀ ਵੱਡੀ ਗੱਲ ਸੀ। ਪਰਮਾਤਮਾ ਦੀ ਕਿਰਪਾ ਹੋਈ ਹੈ ਔਰ ਮਿਹਨਤ ਕੀਤੀ ਆ, ਪਾਰਟੀ ਦਾ ਆਸ਼ੀਰਵਾਦ ਹੋਇਆ ਮਾਨਸ ਮੁੱਖ ਮੰਤਰੀ ਜੀ ਨੇ, ਬਹੁਤ ਉਹਨਾਂ ਦਾ ਧੰਨਵਾਦ ਹੈ, ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਹੈ, ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਕੋਟਾਨ ਕੋਟ ਧੰਨਵਾਦ। ਸਟੂਡੈਂਟ ਦੀ ਰਾਜਨੀਤੀ ਤੋਂ ਸ਼ੁਰੂਆਤ ਕਰਕੇ ਅੱਜ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਯਾਨੀ ਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਪਹੁੰਚ ਰਹੇ ਹੋ। ਹਾਂ, ਇਹ ਮੈਨੂੰ ਲੱਗਦਾ ਵੀ ਮੈਨੂੰ ਇਸ ਚੀਜ਼ ਦਾ ਕਿਤੇ ਨਾ ਕਿਤੇ ਬੈਨੀਫਿਟ ਰਹੂਗਾ ਵੀ ਜਿਹੜਾ ਟ੍ਰੇਨਿੰਗ ਹੋਈ ਆ ਪੰਜਾਬ ਯੂਨੀਵਰਸਿਟੀ 'ਚ ਬਤੌਰ ਸਟੂਡੈਂਟ ਐਕਟੀਵਿਸਟ, ਉਹਦਾ ਫਾਇਦਾ ਕੈਂਪੇਨ ਦੇ ਦੌਰਾਨ ਵੀ ਰਿਹਾ ਹੈ, ਅਦਰਵਾਈਜ਼ ਵੀ ਮੇਨ ਸਟ੍ਰੀਮ ਪੋਲੀਟਿਕਸ 'ਚ ਮੈਨੂੰ ਕਦੀ ਵੀ ਜਦੋਂ ਪਾਰਟੀ ਨੇ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ 'ਚ ਪੰਜਾਬ ਯੂਨੀਵਰਸਿਟੀ ਜਿਹੜੀ ਸਟੂਡੈਂਟ ਪੋਲੀਟਿਕਸ ਹੈ ਉਹਦਾ ਹਵਾਲਾ ਦੇ ਕੇ ਉਹਨੂੰ ਕੰਸੀਡਰ ਕੀਤਾ ਗਿਆ ਹੈ। ਸੋ ਇਹਦਾ ਫਾਇਦਾ ਗਾਂ ਵੀ ਮੈਨੂੰ ਲੱਗਦਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ 'ਚ ਜਦੋਂ ਪੰਜਾਬ ਦੀ ਗੱਲ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਗੱਲ ਕਰਾਂਗੇ ਅਤੇ ਸਟੂਡੈਂਟ ਪੋਲੀਟਿਕਸ ਜਿਹੜਾ ਟ੍ਰੇਨਿੰਗ ਹੋਈ ਆ ਉਹਦਾ ਫਾਇਦਾ ਮਿਲੂਗਾ। ਇਸ ਜਿੱਤ ਦਾ ਕ੍ਰੈਡਿਟ ਕਿਸ ਨੂੰ ਦੇਣਾ ਚਾਹੋਗੇ ਕੀ ਫੈਕਟਰ ਰਿਹਾ, ਕਿਹੜੇ ਕਿਹੜੇ ਫੈਕਟਰ ਰਹੇ ਨੇ? ਕਿਉਂਕਿ 13 ਸੀਟਾਂ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਜਿੱਤਾਂਗੇ, 3 ਸੀਟਾਂ ਮਹਿਜ਼ ਜਿੱਤੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਸੀਟ ਤੁਹਾਡੀ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਹੈ, ਮਾਤਾ ਰਾਣੀ ਦਾ, ਉਹਨਾਂ ਦੇ ਦਰਬਾਰ ਤਮਸਤਕ ਹੋਏ ਸੀ ਨੈਣਾ ਦੇਵੀ, ਉਹਨਾਂ ਦਾ ਸ਼ੁਕਰਾਨਾ ਹੈ, ਪਰਮ ਪਿਤਾ ਪਰਮੇਸ਼ਵਰ ਦਾ ਸ਼ੁਕਰ ਹੈ। ਸਿਹਰਾ 'ਤੇ ਜੇ ਦੇਖਿਆ ਜਾਵੇ ਸਹੀ ਮਾਇਨੇ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ 2 ਸਾਲ ਦੀਆਂ ਜਿਹੜੀਆਂ ਅਚੀਵਮੈਂਟਸ ਰਹੀਆਂ, ਉਪਲਬਧੀਆਂ, ਕੰਮ ਕਾਜ ਰਹੇ ਆ, ਮੈਨੂੰ ਲੱਗਦਾ ਸਭ ਤੋਂ ਵੱਡਾ ਫਾਇਦਾ ਤਾਂ ਸਾਨੂੰ ਉਸ ਗੱਲ ਦਾ ਹੀ ਹੋਇਆ, ਬਾਕੀ ਚੀਜ਼ਾਂ 'ਤੇ ਬਾਅਦ 'ਚ। ਹੁਣ ਦੇਸ਼ ਦੀ ਸਰਕਾਰ ਬਣਨ ਦੇ ਵਿੱਚ ਕਸ਼ਮਕਸ਼ ਲੱਗੀ ਹੋਈ ਹੈ, ਇੰਡੀਆ ਅਲਾਇੰਸ ਹੈ ਉਹ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਕਿ 272 ਦਾ ਜਾਦੂਈ ਅੰਕੜਾ ਪਾਰ ਕਰ ਲਿੱਤਾ ਜਾਵੇ। ਅੱਜ ਨਿਤੀਸ਼ ਕੁਮਾਰ ਦੇ ਨਾਲ ਤੇਜਸਵੀ ਯਾਦਵ ਇੱਕੋ ਫਲਾਈਟ ਦੇ ਵਿੱਚ ਆਏ ਆ, ਦੂਜੇ ਪਾਸੇ NDA ਦਾਅਵਾ ਕਰ ਰਿਹਾ ਕਿ ਅਸੀਂ ਸਰਕਾਰ ਬਣਾ ਰਹੇ ਹਾਂ ਅੱਜ ਰਾਸ਼ਟਰਪਤੀ ਨੂੰ ਮਿਲਣਾ। ਦੇਖੋ, ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਜੀ ਨੂੰ ਲੋਕਾਂ ਨੇ ਰਿਜੈਕਟ ਕੀਤਾ ਹੈ, ਉਹਨਾਂ ਦੇ ਨਾਮ 'ਤੇ ਫਤਵਾ ਲੋਕਾਂ ਨੇ ਮੈਂਡੇਟ ਨਹੀਂ ਦਿੱਤਾ ਔਰ ਮੈਜੋਰਿਟੀ ਵੀ ਨਹੀਂ ਹੋਈ, 400 ਪਾਰ ਵਾਲੀਆਂ ਜਿਹੜੀਆਂ ਗੱਲਾਂ ਕਰਦੇ, ਮੈਨੂੰ ਲੱਗਦਾ ਬਿਲੋ 240 ਰਹਿ ਗਏ ਆ। ਇੱਕ ਗੱਲ ਤਾਂ ਸਪਸ਼ਟ ਹੈ ਕਿ ਮੁੱਖ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਲੋਕਾਂ ਨੇ ਰਿਜੈਕਟ ਕੀਤਾ ਹੈ, ਹੁਣ ਸਰਕਾਰ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਵੀ ਕਿਸ ਤਰੀਕੇ ਨਾਲ ਕਿਹਦੀ ਬਣਦੀ ਹੈ, ਕਿਉਂਕਿ ਇੰਡੀਆ ਜਿਹੜਾ ਗਠਬੰਧਨ ਹੈ ਇੰਡੀਆ ਬਲੋਕ ਨੂੰ ਵੀ ਲੋਕਾਂ ਨੇ ਬਹੁਤ ਵੱਡੇ ਸਤਰ 'ਤੇ ਆਪਣਾ ਆਸ਼ੀਰਵਾਦ ਦਿੱਤਾ ਹੈ, ਲੋਕਾਂ ਨੇ ਵੋਟ ਕੀਤਾ ਹੈ ਔਰ ਸਾਡੀ ਕੋਸ਼ਿਸ਼ ਹੋਗੀ ਵੀ ਇੰਡੀਆ ਬਲੋਕ ਦੀ ਸਰਕਾਰ ਬਣੇ। ਲੱਗਦਾ ਹੈ ਕਿ ਇੰਡੀਆ ਬਲੋਕ ਦੀ ਸਰਕਾਰ ਉਹ 272 ਦਾ ਅੰਕੜਾ ਪਾਰ ਕਰ ਸਕੇ, ਕਿਉਂਕਿ 296 ਤਾਂ NDA ਕੋਲ ਆਲਰੇਡੀ ਹੈ। ਦੇਖੋ, ਜਿਹੜੇ ਲੋਕ ਦੇਸ਼ ਹਿੱਤ ਵਾਸਤੇ ਸੰਵਿਧਾਨ ਬਚਾਉਣ ਦੀ ਗੱਲ ਕਰਨਗੇ, ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਗੱਲ ਕਰਨਗੇ, ਤਾਨਾਸ਼ਾਹੀ ਨੂੰ ਦੂਰ ਕਰਨ ਦੀ ਗੱਲ ਕਰਨਗੇ, ਡੈਫੀਨੇਟਲੀ ਇਲੈਕਸ਼ਨ ਤੋਂ ਪਹਿਲਾਂ ਦੀਆਂ ਪ੍ਰਸਥਿਤੀਆਂ ਹੋਰ ਸੀ, ਹੁਣ ਹੋਰ ਹੈ। ਔਰ ਮੈਨੂੰ ਲੱਗਦਾ ਹੈ ਵੀ ਜਿਹੜੇ ਲੋਕ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਪਿਆਰ ਕਰਦੇ ਆ, ਜਿਹੜੇ ਪੋਲੀਟੀਕਲ ਪਾਰਟੀਆਂ, ਉਹ ਡੈਫੀਨੇਟਲੀ ਇੰਡੀਆ ਬਲੋਕ ਦਾ ਆਉਣ ਵਾਲੇ ਟਾਈਮ 'ਚ ਹਿੱਸਾ ਬਣ ਕੇ ਇੱਕ ਮਜ਼ਬੂਤ ਸਰਕਾਰ ਦੇਣ ਦੀ ਕੋਸ਼ਿਸ਼ ਕਰ। ਤੁਸੀਂ ਕਿਹਾ ਕਿ BJP ਦਾਅਵਾ ਕਰਦੀ ਸੀ 400 ਸੀਟਾਂ ਦਾ, 400 ਸੀਟਾਂ ਨਹੀਂ ਆਈਆਂ, 225 ਦੇ ਕਰੀਬ ਰਹਿ ਗਈ। ਪੰਜਾਬ 'ਚ
ਤੁਸੀਂ ਵੀ ਕਲੇਮ ਕਰਦੇ ਸੀ 13 ਸੀਟਾਂ ਦਾ, ਮੈਂ 3 ਸੀਟਾਂ ਆਈਆਂ ਨੇ, ਕੀ ਵਜ੍ਹਾ ਰਹੀ ਕਿ 13 ਤੋਂ 3 ਸੀਟਾਂ ਤੇ ਆਮ ਆਦਮੀ ਪਾਰਟੀ ਰਹਿ ਗਈ? ਇਸ ਦੇ ਵਜ੍ਹਾ ਕੀ ਮੰਨਦੇ ਹੋ? ਲੋਕਾਂ ਨੇ ਕਿਉਂ ਕਾਂਗਰਸ ਨੂੰ ਸਭ ਤੋਂ ਵੱਡੀ ਪਾਰਟੀ ਬਣਾਇਆ, ਕਿਉਂ ਆਮ ਆਦਮੀ ਪਾਰਟੀ ਨੂੰ 3 ਸੀਟਾਂ ਦਿੱਤੀਆਂ? ਮੈਨੂੰ ਲੱਗਦਾ ਇਸ ਟੂ ਅਰਲੀ ਟੂ ਸੇ ਕਿ ਕੀ ਕਾਰਨ ਰਹੇ, ਹੁਣ ਵਾਲੇ ਟੈਨਾਂ ਚ ਦੀ ਸਮੀਖਿਆ ਹੋਊਗੀ, ਬੂਥ ਵਾਈਜ਼ ਸਮੀਖਿਆ ਹੋਊਗੀ, ਕੰਸਟੀਟੈਂਸੀ ਵਾਈਜ਼ ਸਮੀਖਿਆ ਹੋਊਗੀ, ਸੋ ਉਸ ਤੋਂ ਬਾਅਦ ਜਿਹੜਾ ਇਹਦੇ ਤੇ ਕੁਛ ਕੰਕਲੂਜਨ ਜਿਹੜਾ ਗੱਲ ਇਹ ਹੈ ਵੀ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਲੋਕ ਖੁਸ਼ ਹੈ। ਮੈਂ ਆਪਣੇ ਹਲਕੇ ਚ ਲੋਕ ਸਭਾ ਚ ਜਦੋਂ ਗੱਲ ਕੀਤੀ ਲੋਕਾਂ ਨੇ ਹੁੰਗਾਰਾ ਦਿੱਤਾ ਹੈ, ਵੋਟਾਂ ਵੀ ਪਾਈਆਂ, ਤੇ ਉਹ ਗੱਲ ਲਿਜਾਣ ਚ ਕਾਂ ਫੇਲ ਰਹੇ ਆ ਜਾਂ ਐਮ ਐਲ ਏ ਕਿਸੇ ਲੈਵਲ ਤੋਂ ਕਮੀ ਉਣਤਾਈਆਂ ਰਹੀਆਂ ਜਾਂ ਸੰਗਠਨ ਕਿਤੇ ਕਮਜ਼ੋਰ ਰਿਹਾ, ਉਹ ਤਮਾਮ ਗੱਲਾਂ ਦੀ ਸਮੀਖਿਆ ਹੋਊਗੀ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਪੰਕਜ ਜੀ, ਭਗਵੰਤ ਮਾਨ ਜੀ ਤੋਂ ਬਤੌਰ ਮੁੱਖ ਮੰਤਰੀ ਪੰਜਾਬ ਦੇ ਲੋਕ ਖੁਸ਼ ਵੀ ਆ, ਸੰਤੁਸ਼ਟ ਵੀ। ਬੀਜੇਪੀ ਦਾ ਵੋਟ ਪਰਸੈਂਟੇਜ ਬਹੁਤ ਵਧਿਆ, ਹਾਲਾਂਕਿ ਸੀਟਾਂ ਨਹੀਂ ਜਿੱਤ ਸਕੀ ਲੇਕਿਨ ਵੋਟ ਪਰਸੈਂਟ ਦੇਖਿਆ ਜਾਵੇ ਤਾਂ ਬਹੁਤ ਵਧਿਆ ਹੈ, ਔਰ ਅਕਾਲੀ ਦਲ 1 ਸੀਟ ਤੇ ਰਹਿ ਗਈ ਹੈ, ਕਿਵੇਂ ਦੇਖਦੇ ਹੋ ਪੰਜਾਬ ਦੀ ਰਾਜਨੀਤੀ? ਦੇਖਿਆ ਜਾਵੇ ਤਾਂ ਦੇਖੋ ਸਾਡੇ ਜੋ ਨਿਕਲ ਕੇ ਆਇਆ, ਮੈਂ ਆਪਣੇ ਹਲਕੇ ਦਾ ਐਗਜ਼ਾਮਪਲ ਦਵਾਂ, ਚੰਦੂ ਮਾਜਰਾ ਸਾਹਿਬ ਅਕਾਲੀ ਦਲ ਵੱਲੋਂ ਸੀਗੇ, ਬਾਦਲ ਪਰਿਵਾਰ ਵੱਲੋਂ, ਉਹਨਾਂ ਨੇ ਚਮਕੌਰ ਸਾਹਿਬ ਚ ਕਾਂਗਰਸ ਨੂੰ ਸਪੋਰਟ ਕੀਤੀ ਹੈ, ਉਹ ਅੰਡਰ ਦਾ ਟੇਬਲ ਕੀ ਅੰਡਰਸਟੈਂਡਿੰਗ ਹੋਈ ਹੈ ਤੇ ਰੱਬ ਜਾਣੇ ਜਾਂ ਆਉਣ ਵਾਲੇ ਟਾਈਮ ਪਤਾ ਲੱਗ ਜੂਗਾ। ਲੇਕਿਨ ਕਈ ਸਰਪੰਚ ਸਾਹਿਬਾਨਾਂ ਨੇ ਅਕਾਲੀ ਦਲ ਦੇ ਸਾਡੇ ਵੀ ਦੋਸਤ ਹੈਗੇ ਉੱਥੇ, ਉਹ ਦੱਸਦੇ ਸਾਨੂੰ ਪੂਰਾ ਕਿਹਾ ਗਿਆ ਸੀ ਵੀ ਅਸੀਂ ਤਾਂ ਜਿੱਤਣਾ ਨਹੀਂ, ਚੰਨੀ ਨੂੰ ਆਪਣਾ ਕਾਂਗਰਸ ਨੂੰ ਵੋਟਾਂ ਪਾ ਦਿਓ, ਤੇ ਖਰੜ ਚ ਵੀ ਪਤਾ ਲੱਗਿਆ ਵੀ ਉਹਨਾਂ ਨੇ ਬੀਜੇਪੀ ਨੂੰ ਹਿਮਾਇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਤਮਾਮ ਕਾਰਨ ਹੋ ਸਕਦੇ ਆ, ਲੇਕਿਨ ਇਹ ਮੈਨੂੰ ਲੱਗਦਾ ਵੀ ਹਜੇ ਬਹੁਤ ਜਲਦਬਾਜ਼ੀ ਹੈ, ਹਜੇ ਤੇ ਇਨੀਸ਼ੀਅਲ ਸਟੇਜ ਹੈ। ਲੇਕਿਨ ਇਹ ਗੱਲ ਪੱਕੀ ਹੈ ਕਿ ਬੀਜੇਪੀ ਵੋਟਾਂ ਜਿੰਨੇ ਮਰਜ਼ੀ ਪਰਸੈਂਟੇਜ ਲੈ ਜੇ ਪੰਜਾਬ ਦੀ ਧਰਤੀ ਤੇ ਉਹਨਾਂ ਦੇ, ਲੇਕਿਨ ਬੀਜੇਪੀ ਇਹ ਕਹਿ ਰਹੀ ਕਿ ਹੁਣ ਅਸੀਂ 27 ਦੀ ਤਿਆਰੀ ਕਰਾਂਗੇ, 27 ਚ ਅਸੀਂ ਸਰਕਾਰ ਬਣਾਵਾਂਗੇ। ਦੇਖੋ ਨਫ਼ਰਤ ਦੀ ਰਾਜਨੀਤੀ ਪੰਜਾਬ ਚ ਨਹੀਂ ਵੱਧ ਸਕਦੀ, ਇਹ ਬੜਾ ਸਪਸ਼ਟ। ਰਾਜਾ ਵੜਿੰਗ ਨੇ ਕਿਹਾ 2027 ਲਈ ਮਾਨ ਸਾਹਿਬ ਬੈਸਟ ਆਫ ਲੱਕ ਆ ਰਹੇ ਹਾਂ ਅਸੀਂ। ਨਹੀਂ, ਮਾਨ ਸਾਹਿਬ ਨੂੰ ਤਾਂ ਬੈਸਟ ਆਫ ਲੱਕ ਸਾਰਾ ਪੰਜਾਬ ਨਹੀਂ ਸਾਰੀ ਦੁਨੀਆਂ ਚ ਵੱਸਦੇ ਪੰਜਾਬੀ ਕਹਿੰਦੇ, ਔਰ ਭਗਵੰਤ ਮਾਨ ਜੀ ਬਤੌਰ ਮੁੱਖ ਮੰਤਰੀ ਇਮਾਨਦਾਰੀ ਨਾਲ, ਜ਼ਿੰਮੇਵਾਰੀ ਨਾਲ, ਜਵਾਬਦੇਹੀ ਨਾਲ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੇ ਹੈ। ਅੰਮ੍ਰਿਤਪਾਲ ਦੀ ਜਿੱਤ ਹੋਈ ਬਹੁਤ ਵੱਡੇ ਮਾਰਜਨ ਤੋਂ, ਲਗਭਗ 2 ਲੱਖ ਦੇ ਕਰੀਬ ਮਾਰਜਨ ਤੋਂ ਪੰਜਾਬ ਸਭ ਤੋਂ ਵੱਡੀ ਜਿੱਤ ਹੈ, ਸਰਬਜੀਤ ਸਿੰਘ ਖਾਲਸਾ ਜਿੱਤ ਗਏ, ਕਿਸ ਤਰੀਕੇ ਦੇ ਨਾਲ ਦੇਖਦੇ ਹੋ? NSA ਅੰਮ੍ਰਿਤਪਾਲ ਦੇ ਉੱਤੇ ਲੱਗਾ ਹੋਇਆ ਸੀ। ਦੇਖੋ ਇਹ ਤੇ ਡੈਮੋਕ੍ਰੇਸੀ ਹੈ, ਲੋਕਾਂ ਦਾ ਫਤਵਾ ਹੈ, ਮੈਨੂੰ ਲੱਗਦਾ ਲੋਕਾਂ ਦੇ ਫਤਵੇ ਦਾ ਸਤਿਕਾਰ ਹੋਣਾ ਚਾਹੀਦਾ ਹੈ, ਔਰ ਡੈਮੋਕ੍ਰੇਸੀ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਜਾਂ ਜਿਹੜਾ ਵੱਡਾ ਫੈਸਲਾ ਹੈ ਲੋਕਾਂ ਦਾ, ਲੋਕਾਂ ਨੇ ਜਿਹਨੂੰ ਚੁਣਿਆ ਉਹ ਚੁਣਿਆ, ਉਹ ਸਾਰਿਆਂ ਦੇ ਸਾਹਮਣੇ। ਪਾਰਲੀਮੈਂਟ ਦੇ ਵਿੱਚ ਮਲਵਿੰਦਰ ਸਿੰਘ ਕੰਗ ਕਿਹੜੇ ਮੁੱਦੇ ਨੇ ਜਿਹੜੇ ਪ੍ਰਾਇਓਰਟੀ ਤੇ ਰੱਖਣਗੇ, ਪੰਜਾਬ ਦੀ ਗੱਲਬਾਤ ਜਿਹੜੀ ਰੱਖਣਗੇ, ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਮਸਲੇ ਰੱਖਣੇ ਚਾਹੀਦੇ? ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਕਰਨ ਵਾਲੀ ਇਸ ਟਾਈਮ ਪੰਜਾਬ ਨਾਲ ਜਿਹੜਾ ਵਿਤਕਰਾ ਹੋਇਆ, ਚਾਹੇ ਉਹ ਫਾਈਨੈਂਸ਼ੀਅਲ ਅਸਿਸਟੈਂਸ ਦੇਣ ਦੀ ਗੱਲ ਹੈ, ਸਾਡੇ ਜਿਹੜੇ ਰਿਸੋਰਸਿਸ ਤੇ ਸੈਂਟਰਲਾਈਜ਼ ਜਿਹੜਾ ਕਬਜ਼ਾ ਕੀਤਾ ਗਿਆ BBMB ਤੋਂ ਲੈ ਕੇ ਤਮਾਮ ਜਿਹੜੇ ਉਹ ਸਟੇਟ ਦੇ ਜਿਹੜੇ ਹੱਕ ਹੈ ਫੈਡਰਲ ਸਟਰਕਚਰ, ਪਹਿਲੀ ਗੱਲ ਤੇ ਉਹਨਾਂ ਤੇ ਵਕਾਲਤ ਕਰਨ ਦੀ ਲੋੜ ਹੈ, ਇਸ ਟਾਈਮ ਮਜ਼ਬੂਤੀ ਨਾਲ ਉੱਥੇ ਗੱਲ ਕਰਨ ਦੀ ਲੋੜ ਹੈ। ਪੰਜਾਬ ਨਾਲ ਫਰੋਮ ਦਾ ਫਸਟ ਡੇ ਵਿਤਕਰਾ ਹੁੰਦਾ ਰਿਹਾ, ਬਹੁਤ ਘੱਟ ਲੋਕਾਂ ਨੇ ਜਿਹੜਾ ਆ ਆਪਣੇ ਸੂਬੇ ਦਾ ਪੱਖ ਪੂਰਿਆ, ਨਹੀਂ ਤੇ ਉੱਥੇ ਜਾ ਕੇ ਅੰਡਰਸਟੈਂਡਿੰਗ ਬਣਾਉਂਦੇ ਰਹੇ ਆ, ਸੈਂਟਰ ਸਰਕਾਰ ਜਿਹੜੀ ਵੀ ਰਹੀ ਹੈ, ਔਰ ਸਮਝੌਤਾ ਪੰਜਾਬ ਦੇ ਹਿੱਤਾਂ ਨਾਲ ਹੁੰਦਾ ਰਿਹਾ, ਇੱਕ ਤੇ ਇਹ ਗੱਲ ਹੈ। ਦੂਜੀ ਗੱਲ ਇਹ ਹੈ ਵੀ ਜਦੋਂ ਮੈਂ ਹਲਕੇ ਜਾਂਦਾ, ਜੇ ਹਲਕੇ ਦੀ ਤੁਸੀਂ ਗੱਲ ਕਰੋਗੇ ਤੇ ਮੈਨੂੰ ਜੋ ਨਿਕਲ ਕੇ ਆਇਆ ਦੋ ਕਿ ਜਿਹੜੀ ਕ੍ਰੈਡੀਬਿਲਟੀ ਹੋਣੀ ਚਾਹੀਦੀ ਨੁਮਾਇੰਦੇ ਦੀ, ਉਹ ਬਹਾਲ ਕਰਨ ਦੀ ਬੜੀ ਜ਼ਰੂਰੀ ਹੈ। ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨੇ ਇੱਕੋ ਹੀ ਮੰਗ ਰੱਖੀ ਹੈ ਵੀ ਬੇਟਾ ਵੋਟ ਤਾਂ ਤੈਨੂੰ ਪਾ ਦਾਂਗੇ, ਆਹ ਦੂਜਿਆਂ ਵਾਂਗੂ ਨਾ ਕਰੀਏ ਜਿਹੜੇ ਕਾਂਗਰਸ ਅਕਾਲੀਆਂ ਨੇ ਕੀਤਾ, ਮੁੜ ਕੇ ਨਹੀਂ ਆਇਆ। ਅਤੇ ਕ੍ਰੈਡੀਬਿਲਟੀ ਆਫ ਪੋਲੀਟੀਕਲ ਲੀਡਰ ਉਹ ਬਹਾਲ ਕਰਨੀ ਸ਼੍ਰੀ ਆਨੰਦਪੁਰ ਸਾਹਿਬ ਦੇ ਏਰੀਏ 'ਚ,
ਜਿਸ ਤਰ੍ਹਾਂ ਭਗਵੰਤ ਮਾਨ ਨੇ ਪੰਜਾਬ 'ਚ ਕੀਤੀ ਹੈ, ਉਹ ਬਹੁਤ ਮੇਰੀ ਪ੍ਰਾਇਓਰਿਟੀ ਰਹੀ ਹੈ, ਉਹ ਕ੍ਰੈਡੀਬਿਲਟੀ ਬਹਾਲ ਕਰਾਂਗੇ। ਉਹ ਸੁਭਾਵਿਕ ਜੀ ਗੱਲ, ਜਦੋਂ ਤੁਸੀਂ ਲੋਕਾਂ 'ਚ ਜਾਓਗੇ ਉਹਨਾਂ ਦੇ ਮੁੱਦੇ ਵੀ ਐਡਰੈਸ ਹੋਣਗੇ, ਤੁਹਾਡੇ ਕੋਲ ਗੱਲਾਂ ਨਿਕਲ ਕੇ ਵੀ ਆਉਣਗੀਆਂ, ਕੰਮ ਬਹੁਤ ਸਾਰੇ ਕਰਨ ਵਾਲੇ ਕਰਾਂਗੇ। ਇੰਡੀਆ ਅਲਾਇੰਸ ਸਰਕਾਰ ਬਣਾਉਣ ਦੀ ਕਸ਼ਮਕਸ਼ ਦੇ ਵਿੱਚ ਲੱਗੀ ਹੈ, ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕਰ ਰਹੇ ਹੋ। ਦੇਸ਼ 'ਚ 3 ਸੀਟਾਂ ਆਮ ਆਦਮੀ ਪਾਰਟੀ ਦੀਆਂ ਆਈਆਂ, ਪੰਜਾਬ ਤੋਂ ਹੀ ਆਈਆਂ ਨੇ, ਤਾਂ ਅਜਿਹੇ 'ਚ ਦਾਅਵਾ ਇਹ ਵੀ ਕੀਤਾ ਜਾਏਗਾ ਕਿ ਸਾਡਾ ਇੱਕ ਮੰਤਰੀ ਬਣਾਇਆ ਜਾਵੇ, ਤਾਂ ਮਲਵਿੰਦਰ ਸਿੰਘ ਕੰਗ ਜਾਂ ਮੀਤ ਹੇਅਰ ਉਸ ਪਾਸੇ ਵੀ ਨਜ਼ਰ ਰੱਖੀ ਹੋਈ ਹੈ ਕਿ ਜੇ ਸਰਕਾਰ ਬਣਦੀ ਹੈ ਤਾਂ ਇੱਕ ਵੱਡਾ ਦਾਅ ਵੀ ਲੱਗ ਸਕਦਾ। ਨਹੀਂ, ਮਲਵਿੰਦਰ ਕੰਗ ਤੇ ਇਸ ਰੋਸ 'ਚ ਹੈ ਨਹੀਂ, ਬਿਲਕੁਲ ਨਹੀਂ ਹੈਗਾ, ਮੈਂ ਬਿਲਕੁਲ ਸਿਰੇ ਤੋਂ ਰੂਲ ਆਊਟ ਕਰਦਾ ਇਸ ਗੱਲ ਨੂੰ। ਦੂਜੀ ਗੱਲ, ਸਰਕਾਰ ਜ਼ਰੂਰ ਇੰਡੀਆ ਬਲੌਕ ਦੀ ਬਣਨੀ ਚਾਹੀਦੀ, ਉਹਦੇ ਲਈ ਪਾਰਟੀ ਦੀ ਲੀਡਰਸ਼ਿਪ ਜਿਹੜੀ ਸਾਡੀ ਸੁਪਰੀਮ ਲੀਡਰਸ਼ਿਪ ਹੈ, ਮਾਣਯੋਗ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ, ਸੰਦੀਪ ਪਾਠਕ ਜੀ, ਸਾਰੀ ਲੀਡਰਸ਼ਿਪ ਲੱਗੀ ਹੋਈ ਹੈ, ਔਰ ਜ਼ਰੂਰਤ ਹੈ ਇਸ ਟਾਈਮ ਕਿ ਇੰਡੀਆ ਬਲੌਕ ਦੀ ਸਰਕਾਰ ਦੇਸ਼ 'ਚ ਜਿਹੜੀ ਆ ਉਹ ਰਾਜ ਕਰੇ, ਕਿਉਂਕਿ 24 ਤੋਂ ਪਹਿਲਾਂ 27 ਤੋਂ ਪਹਿਲਾਂ 24 ਨੂੰ ਇੱਕ ਸੈਮੀ ਫਾਈਨਲ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਸਰਕਾਰ ਬਣਾਉਣ ਤੋਂ ਪਹਿਲਾਂ। ਤਾਂ ਆਮ ਆਦਮੀ ਪਾਰਟੀ ਦੇ ਲਈ 3 ਸੀਟਾਂ ਆਉਣਾ ਖਤਰੇ ਦੀ ਘੰਟੀ ਹੈ, ਤੁਹਾਨੂੰ ਲੱਗਦਾ ਖਤਰੇ ਦੀ ਘੰਟੀ ਹੈ, ਤਿਆਰੀ ਹੋਰ ਕਰਨੀ ਪਏਗੀ, ਮੰਥਨ ਹੋਰ ਕਰਨਾ ਪਏਗਾ, ਲੋਕ ਕਿਉਂ 3 ਸੀਟਾਂ ਦਾ ਫਤਵਾ ਜਾਰੀ ਕੀਤਾ, ਕਾਂਗਰਸ ਨੂੰ ਕਿਉਂ 7 ਸੀਟਾਂ ਦਾ ਫਤਵਾ ਜਾਰੀ ਕੀਤਾ, 2 ਆਜ਼ਾਦ ਕਿਉਂ ਫਤਵਾ ਜਾਰੀ ਕੀਤਾ, ਬੀਜੇਪੀ ਦੀ ਵੋਟ ਪਰਸੈਂਟੇਜ ਕਿਉਂ ਵਧਾਈ, ਸਾਰਾ ਮੰਥਨ ਕੀਤਾ ਜਾਏਗਾ ਤਾਂ ਕਿ 27 ਦੇ ਵਿਚ ਜਿਹੜੀਆਂ 92 ਸੀਟਾਂ 2022 ਚ ਲਿਆਂਦੀਆਂ ਸੀ 27 ਚ ਉਸੇ ਤਰੀਕੇ ਨਾਲ। ਖਤਰੇ ਦੀ ਘੰਟੀ ਤਾਂ ਨਹੀਂ ਮੈਂ ਇਹਨੂੰ ਮੰਨਦਾ, ਲੇਕਿਨ ਹਾਂ ਇਹ ਸਮੀਖਿਆ ਦੀ ਸਮੇਂ ਹੈਗਾ, ਆਤਮ ਮੰਥਨ ਕਰਨ ਦੀ ਲੋੜ ਹੈ, ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਵਿਧਾਇਕਾਂ ਦੀ MLA ਦੀ ਕਾਰਗੁਜ਼ਾਰੀ ਤੇ ਪੂਰੀ ਇੱਕ ਮੁੱਖ ਮੰਤਰੀ ਜੀ ਜ਼ਰੂਰ ਆਉਣ ਵਾਲੇ ਦਿਨਾਂ 'ਚ ਕਰਨਗੇ ਸਮੀਖਿਆ, ਕਿਉਂਕਿ ਇੱਕ ਗੱਲ ਤਾਂ ਬੜੀ ਸਪਸ਼ਟ ਹੈ, ਜਦੋਂ ਤੁਸੀਂ ਚਾਹੇ ਅਬੋਹਰ ਜਾਓ, ਚਾਹੇ ਖਡੂਰ ਸਾਹਿਬ ਚਲੇ ਜਾਓ, ਚਾਹੇ ਤੁਸੀਂ ਅਨੰਦਪੁਰ ਸਾਹਿਬ ਆ ਜਾਓ, ਚਾਹੇ ਤੁਸੀਂ ਪਾਤਰਾਂ ਚਲੇ ਜਾਓ, ਬਠਿੰਡੇ ਚਲੇ ਜਾਓ, ਇੱਕ ਗੱਲ ਹਰ ਬੰਦਾ ਕਹਿੰਦਾ ਵੀ ਭਗਵੰਤ ਮਾਨ ਜੀ ਵਰਗਾ ਇਮਾਨਦਾਰ ਤੇ ਬਿਹਤਰ ਕੰਮ ਕਰਨ ਵਾਲਾ ਲੀਡਰ ਕੋਈ ਨਹੀਂ ਹੈ। ਭਗਵੰਤ ਮੁੱਖ ਮੰਤਰੀ ਜੀ ਕ੍ਰੈਡੀਬਿਲਟੀ ਬਹਾਲ ਹੈ, ਥੱਲੇ ਜ਼ਰੂਰ ਸਮੀਖਿਆ ਕਰਨ ਦੀ ਲੋੜ ਹੈ, ਉਹ ਮੈਨੂੰ ਲੱਗਦਾ ਪਾਰਟੀ ਉੱਚੀ ਸਮੇਂ ਤੇ ਕਰੂ। ਕਿੱਥੇ ਸਮੀਖਿਆ, ਕਿਸ ਤਰੀਕੇ ਦੀ ਸਮੀਖਿਆ, ਮਤਲਬ ਮੀਟਿੰਗ ਕਰਕੇ ਗੱਲਬਾਤ ਕਰਕੇ ਡਿਲੀਵਰ ਨਹੀਂ ਹੋ ਪਾਇਆ, ਜਾਂ ਜਿਵੇਂ ਕਈ ਵਾਰ ਮਾਨ ਸਾਹਿਬ ਐਲਾਨ ਕਰ ਦਿੰਦੇ ਥੱਲੇ ਉਸ ਤਰੀਕੇ ਦੀ ਪਰਫਾਰਮੈਂਸ ਅਧਿਕਾਰੀ ਲੈਵਲ ਤੇ ਡਾਊਨ ਸੀ, ਵਿਧਾਇਕ ਲੈਵਲ ਤੇ ਡਾਊਨ ਸੀ? ਦੇਖੋ ਪਰਮਜੀਤ, ਜਦੋਂ ਅਸੀਂ ਜਾਂਦੇ ਹਾਂ ਪਬਲਿਕ ਮੀਟਿੰਗਾਂ 'ਚ, ਮੈਂ ਉੱਥੇ ਫੋਕਸ ਕਰਦਾ ਸੀ, ਅਸੀਂ 43,000 ਨੌਕਰੀਆਂ ਸੀ ਸਰਕਾਰੀ, ਕੋਈ ਬੰਦਾ ਕਹਿ ਦੇ ਰਿਸ਼ਵਤ ਨਹੀਂ ਲਈ ਤਾਂ ਲੋਕ ਆਪ ਇਨਵੋਲਵ ਹੁੰਦੇ, ਕੋਈ ਕਹਿੰਦਾ ਮੇਰੀ ਭਤੀਜੀ ਲੱਗੀ, ਕੋਈ ਕਹਿੰਦਾ ਮੇਰਾ ਬੇਟਾ ਲੱਗਿਆ। ਜਦੋਂ ਅਸੀਂ ਗੱਲ ਕਰਦੇ ਸੀ ਅਸੀਂ 90% ਲੋਕਾਂ ਨੂੰ ਬਿਜਲੀ ਫ੍ਰੀ ਕੀਤੀ, ਲੋਕ ਹੱਥ ਖੜਾ ਕਰਕੇ ਕਹਿੰਦੇ। ਜਦੋਂ ਅਸੀਂ ਨਹਿਰੀ ਪਾਣੀ ਦੀ ਗੱਲ ਕਰਦੇ ਸੀ ਕਿਸਾਨ ਆਪ ਕਹਿੰਦੇ ਸੀ ਸਾਨੂੰ ਜਨਰੇਟਰ ਜਿਹੜੇ ਸਾਡੇ ਜੰਗ ਲੱਗ ਗਏ, ਸਾਡੀ ਬਿਜਲੀ ਇੰਨੀ ਆਈ ਆ, ਦੋ 3-3 ਲੱਖ ਰੁਪਏ ਸਾਲ ਦਾ ਬਚਿਆ। ਮੈਨੂੰ ਲੱਗਦਾ ਇਸ ਤਰ੍ਹਾਂ ਦੀ ਇਨਵੋਲਵਮੈਂਟ ਲੋਕਾਂ 'ਚ ਜਾਣੀ ਜ਼ਰੂਰੀ ਹੈ, ਔਰ ਜਿੱਥੇ ਜਿੱਥੇ ਇਹ ਕਮੀ ਰਹੀ ਆ ਕਮਿਊਨੀਕੇਸ਼ਨ ਦੀ, ਉੱਥੇ ਮੈਨੂੰ ਲੱਗਦਾ ਵੀ ਅਸੀਂ ਕਮਜ਼ੋਰ ਪਏ ਆ। ਬਾਕੀ ਤਾਂ ਇਹ ਪਾਰਟੀ ਦੀ ਡਿਸਕ੍ਰੀਸ਼ਨ ਹੈ ਕਿ ਉਹਨੂੰ ਸਮੀਖਿਆ ਕਿਸ ਤਰ੍ਹਾਂ ਕਰਨੀ, ਪਾਰਟੀ ਲੀਡਰਸ਼ਿਪ ਤੈਅ ਕਰੂਗੀ, ਔਰ ਡੈਫੀਨੇਟਲੀ ਹਰੇਕ MLA ਤੋਂ ਸੰਗਠਨ ਤੋਂ ਫੀਡਬੈਕ ਵੀ ਲਿਆ ਜਾਊਗਾ, ਔਰ ਉਹਦੇ ਹਿਸਾਬ ਨਾਲ ਉਹਦਾ ਉਪਚਾਰ ਵੀ ਕੀਤਾ ਜਾਊਗਾ। ਲਾਸਟ ਸਵਾਲ, ਦੇਸ਼ ਜਿਸਨੇ ਆਜ਼ਾਦ ਕਰਾਇਆ ਭਗਤ ਸਿੰਘ ਹੋਰਾਂ ਨੇ, ਖਟਖੜ ਕਲਾਂ ਤੁਹਾਡੇ ਏਰੀਏ ਦੇ ਵਿੱਚ ਆਉਂਦਾ, ਕੀ ਕੁਛ ਖਟਖੜ ਕਲਾਂ ਲਈ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਂ ਭਗਤ ਸਿੰਘ ਹੋਰਾਂ ਲਈ ਪਾਰਲੀਮੈਂਟ 'ਚ ਕਰ ਸਕਦੇ ਹੋ? ਨਹੀਂ, ਮੇਰਾ ਤੇ ਇਹ ਇੱਕ ਬੜਾ ਦਿਮਾਗ 'ਚ ਇੱਕ ਬਲੂ ਪ੍ਰਿੰਟ ਤਿਆਰ ਹੈ, ਜੇ ਰਿਲੀਜੀਅਸ ਔਰ ਹਿਸਟੋਰੀਕਲ ਟੂਰਿਜ਼ਮ ਦੀ ਗੱਲ ਕਰੀਏ, ਸਰਕਟ ਬਣਦਾ ਜੇ ਮੈਂ ਮੋਹਾਲੀ ਤੋਂ ਸ਼ੁਰੂ ਹੋ ਕੇ ਖਰੜ, ਸਾਡੇ ਭਗਵਾਨ ਰਾਮ ਜੀ ਦਾ ਅੱਜ ਸਰੋਵਰ ਹੈ, 10 ਕਰੋੜ ਰੁਪਇਆ ਮਾਨ ਸਰਕਾਰ ਨੇ ਦਿੱਤਾ ਹੈ, ਇੱਥੋਂ ਸ਼ੁਰੂ ਕਰੀਏ, ਮਹਾਰਾਜ ਰਣਜੀਤ ਸਿੰਘ ਦੀ ਜਿਹੜੀ ਹੱਦਬੰਦੀ ਸੀ ਰੋਪੜ ਆ ਜਾਂਦਾ, ਫਿਰ ਖਟਖੜ ਕਲਾਂ, ਖੁਰਾਲਗੜ੍ਹ ਸਾਹਿਬ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਤਖ਼ਤ ਸਾਹਿਬ ਤੇ ਹੈ ਹੀ ਹੈ ਖਾਲਸੇ,